ਸੰਤ ਨਾਜ ਮੰਡੀ ਦੇ ਵਿੱਚ ਜੀ ਦੁਖੀ ਹੋ ਕੇ ਕਿਸਾਨ ਨੇ ਮੋਟਰਸਾਈਕਲ ਨੂੰ ਅੱਗ ਲਾਈ। ਆ ਵੇਖੋ ਢੇਰੀਆਂ ਉਵੇਂ ਦੀ ਉਵੇਂ ਪਈਆਂ ਨੇ ਸਾਰੀਆਂ, ਤੁਸੀਂ ਵੇਖ ਸਕਦੇ ਹੋ। ਤੇ ਢੇਰੀਆਂ ਵੀ ਮਜ਼ਦੂਰਾਂ ਨੂੰ ਬਾਹਰ ਘਾਹ ਦੇ ਉੱਤੇ ਲਾਣੀਆਂ ਪੈਂਦੀਆਂ ਨੇ, ਜਿੱਥੇ ਕੋਈ ਫੜ ਨਹੀਂ, ਕੋਈ ਕੁਛ ਨਹੀਂ, ਅਨਾਜ ਐਵੇਂ ਰੁੜਨ ਦਿਆ। ਆ ਵੇਖੋ ਜ਼ਿਮੀਂਦਾਰ ਸਾਰੇ ਇਕੱਠੇ ਹੋਏ ਨੇ, ਇੱਥੇ ਨਾ ਕੋਈ ਕੋਈ ਵਿਵਸਥਾ ਹੈ ਨਾ ਕੁਛ ਹੈ ਜੀ। ਇਹ ਉਹ ਕਿਸਾਨ ਨੇ ਜਿਨ੍ਹਾਂ ਦੀ ਮੋਟਰਸਾਈਕਲ ਹੈ ਜੀ, ਜਿਨ੍ਹਾਂ ਆਪਣੇ ਆਪ ਅੱਗ ਲਾਈ ਮੋਟਰਸਾਈਕਲ ਨੂੰ, ਉਹਨਾਂ ਤੋਂ ਜਾਣੋ ਜੀ। ਹਾਂ ਠੀਕ ਹੈ ਠੀਕ ਹੈ, ਦੱਸ ਭਾ ਬੋਲ। ਪਹਿਲੀ ਤਰੀਕ ਦੀ ਮੁੰਜੀ ਮੇਰੀ ਪਈ ਇੱਥੇ 5-6 ਟਰਾਲੀਆਂ ਵਾਲੀਆਂ, ਮੁੰਜੀ ਸਾਰੀ ਬਲ ਗਈ ਹੈ, ਤੂੰ ਨਿਕਲਣ ਡਿਆ ਵਿੱਚੋਂ। ਫਿਰ ਉਹਦਾ ਹੁਣ ਮੋਟਰਸਾਈਕਲ ਵੀ ਸੜ ਜਾ, ਕਿਤੇ ਸੜ ਜਾਣ, ਮੁੰਜੀ ਵੀ ਸੜ ਗਈ ਮੇਰੀ, ਸਾਰੀ 6 ਮਹੀਨਿਆਂ ਦੀ ਕੀਤੀ ਸਾਰੀ ਨਿਕਲ ਗਈ ਹੈ। ਸਾਰਾ ਦੁਖੀ ਹੋਇਆ ਪਿਆ ਹੋਈ, ਸਾਰੇ ਦੁਖੀ ਹੋਇਆ, ਮੇਰੀ ਪਹਿਲੀ ਤਰੀਕ ਦੀ ਮੁੰਜੀ ਕੋ ਪੁੱਛਦੇ ਹੀ ਨਹੀਂ ਪਿਆ ਕੁਛ। ਹਾਂ ਵੇਖੋ ਦੁਖੀ ਹੋ ਕੇ ਕਿਸਾਨਾਂ ਨੇ ਮੋਟਰਸਾਈਕਲ ਨੂੰ ਅੱਗ ਲਾਈ ਏ, ਤੇ ਇਦੋਂ ਪਹਿਲਾਂ ਜਾਮ ਵੀ ਲਾਇਆ ਸੀ ਸੜਕ ਤੇ, ਜਿਹਦੇ ਵਿੱਚ ਤਹਿਸੀਲਦਾਰ ਸਾਹਿਬ ਸਾਰੇ ਇੰਸਪੈਕਟਰ ਆਏ ਹਨ, ਕੋਈ ਸੁਣਵਾਈ ਨਹੀਂ ਹੋਈ। ਤੇ ਆ ਸੁਣੋ ਜੀ, ਦੁਖੀ ਹੋਏ ਬੈਠੇ ਜਿਨ੍ਹਾਂ ਦੀ ਮੁੰਜੀ 10-10 ਦਿਨ ਦੀ ਪਈ ਹੈ, ਧੂਆਂ ਮਾਰ ਗਈ ਹੈ ਮੁੰਜੀ, ਤੇ ਆਪੋ ਆਪਣੀ ਮੋਟਰਸਾਈਕਲ ਨੂੰ ਹੁਣ ਜਿਹੜੀ ਅੱਗ ਲਾਣੀ ਪਈ ਹੈ ਵਿੱਚ ਮੁੰਜੀ ਦੇ ਨਾਲ, ਤੇ ਸਾੜ ਗਈ ਪਈ ਹੈ, ਸਾਰੇ ਲੱਗੇ ਨੇ ਆਪੋ ਆਪਣੀ ਅੱਗ ਸੰਦਾਂ ਨੂੰ ਅੱਗ ਲਾ, ਧੂਆਂ ਮਾਰ ਗਈ ਮੁੰਜੀ ਤੇ ਅੱਗ ਲੱਗੀ ਵੀ ਢੇਰੀਆਂ ਦੇ। ਵੇਖੋ ਜਿੱਥੇ ਮੁੰਜੀ ਲੱਥੀ ਹੈ, ਹਾਂ ਵੇਖੋ ਥੱਲੇ ਪਾਣੀ ਪੀਣ ਲਈ ਸਾਧਨ ਨਹੀਂ, ਕਿਹੜੇ ਪੈਰ ਤਰਲੇ ਨੇ, ਤੇ ਹੋਰ ਵੀ ਸਾਧਨਾਂ ਨੂੰ ਅੱਗ ਲਾਵਾਂਗੇ ਜੇ ਗਵਰਨਮੈਂਟ ਦੇ ਨਾਲ ਕੁਛ ਵੀ ਆਉਂਦਾ ਤੇ ਹੋਰ ਵੀ ਨੁਕਸਾਨ ਕਰਾਂਗੇ, ਹੋਰ ਵੀ ਨੁਕਸਾਨ ਹੋਏਗਾ, ਗਵਰਨਮੈਂਟ ਦੀ ਜ਼ਿੰਮੇਵਾਰ ਹੈ। ਕਿਸਾਨ ਤੰਗ ਹੋ ਗਏ ਨੇ, ਅੱਗੇ ਇੱਕ ਕਿਸਾਨ ਨੂੰ ਪਾਣੀ ਪੀਣੇ ਸੇ ਵੀ ਰਾਤ ਸੇ ਨਹਾਣੇ ਸੇ ਵੀ ਪਰੇਸ਼ਾਨ, ਮੁੰਜੀ ਤਾਂ ਕਿਲਿਆਂ ਦੀ ਧੂਆਂ ਮਾਰ ਗਈ, ਸਾਰੀ ਸੜ ਗਈ ਹੈ ਮੁੰਜੀ। ਅੱਗੇ ਜਦੋਂ ਅਸੰਦ ਰੋਡ ਤੇ ਜਾਮ ਲੱਗਾ ਸੀ ਤੇ ਕਿਸਾਨ ਆਪਣੇ ਟਰੈਕਟਰ ਨੂੰ ਅੱਗ ਲਾਣ ਲੱਗਾ ਸੀ, ਦੂਜੇ ਕਿਸਾਨਾਂ ਨੇ ਉਹਨੂੰ ਰੋਕਿਆ ਏ, ਤੇ ਕਿਸਾਨ ਤੰਗ ਆ ਚੁੱਕੇ ਨੇ। ਜਿਹੜਾ ਵੀ ਕੋਈ ਪਰਚੇਜ ਵਾਲਾ ਆਉਂਦਾ ਏ ਉਹ ਚੈੱਕ ਕਰਕੇ ਆਉਂਦਾ ਕਿ ਜੀਰੀ ਡੈਮੇਜ ਹੋ ਚੁੱਕੀ ਏ, ਤੇ ਹੋਰ ਕਿਸਾਨਾਂ ਤੋਂ ਜਾਣੋ। ਆ ਵੇਖੋ ਜੀ ਆ ਕਿਸਾਨ ਮਿਲੀ ਭਗਤ ਹੋ ਰਹੀ ਹੈ, ਕੋਈ ਨਹੀਂ 1500 ਮਿਲੇ ਨੇ ਸਾਰਿਆਂ ਦੀ ਮਿਲੀ ਭਗਤ ਵਾਲੇ, ਕੋਈ 1100 ਕੋਈ 1500 ਕੋਈ ਮੋਟਰ ਕੱਢ ਰਿਹਾ, ਕੋਈ ਕੁਛ ਕੱਢ ਰਿਹਾ, ਕੋਈ ਕਿਸਾਨ ਬਾਪੂ ਜੀ ਨੇ ਕਾਰਾ ਨਹੀਂ ਕਰ ਰਹੇ ਆ, ਇਹ ਕੋਈ ਖਰੀਦ ਨਹੀਂ ਕਰਦੇ ਪਏ, ਇਹ ਰਲ ਗਏ ਨੇ ਆੜਤੀ ਵੀ ਸੈਲਰ ਵਾਲੇ ਵੀ, ਇਹਨਾਂ ਕਮਿਸ਼ਨ ਕਰ ਲਈਏ, ਸੈਕਟਰੀਆਂ ਵੀ ਇਹਨਾਂ ਕਰ ਲਈਏ ਕਮਿਸ਼ਨ, ਇੰਸਪੈਕਟਰ ਵੀ ਕਰ ਲਈਏ, ਕੋਈ ਸਾਡੀ ਸੁਣਾਈ ਨਹੀਂ, ਅਸੀਂ ਤਾਂ ਦੁਖੀ ਹੋ ਗਏ, ਸਾਡੇ ਕਿਸਾਨ ਨੇ ਆਪ ਅੱਗ ਲਾਈ ਏ, ਵੀ ਸਾਡੀ ਇਦੋਂ ਤੋਂ ਮੁੰਜੀ ਸੜ ਗਈ, ਮੋਚਰ ਆਇਆ ਇੱਥੇ, ਦੂਜੇ ਉਹਨਾਂ ਖਰੀਦਣ ਵਾਲੇ ਆਏ ਨੇ ਉਹ ਅੱਗ ਲੱਗੇ, ਉਹਨਾਂ ਦੀ ਮਸ਼ੀਨ ਚਲਾਇਆ 15 ਆਇਆ, ਮਸ਼ੀਨਾਂ ਵੀ ਗਲਤ ਨੇ। ਇਹ ਵੇਖੋ ਜੀ 17 ਮੋਚਰ ਹੋਣ ਤੋਂ ਬਾਅਦ ਵੀ ਕੋਈ ਲਿਖਣ ਨਹੀਂ ਦਿਆ, ਲਿਖਣ ਨਾ ਲਿਖਣ ਦਾ ਕਾਰਨ ਇੱਕੋ ਹੀ ਏ, ਉਹ ਕਹਿੰਦੇ ਨੇ ਆੜਤੀ ਕਹਿੰਦੇ ਨੇ ਵੀ ਸਰਕਾਰ ਵਾਲੇ ਚੁੱਕਦੇ ਨਹੀਂ ਅਨਾਜ, ਨਹੀਂ ਚੁੱਕਦੇ ਜਾਂ ਇਹ ਬਾਰਦਾਨਾ ਨਹੀਂ ਦਿੰਦੇ, ਇਹ ਆਪਸ 'ਚ ਇਹਨਾਂ ਦੀ ਮਿਲੀ ਭਗਤ ਇੱਕ ਦੂਜੇ ਨੂੰ ਦੋਸ਼ੀ ਠਹਿਰਾ ਕੇ, ਤੇ ਨਾ ਚੁੱਕਣ ਦੀ ਇੱਕੋ ਕਮੀ ਏ ਕਿ ਇਹ ਰਲੇ ਮਿਲੇ ਨੇ ਸਾਰੇ ਹੀ। ਓਕੇ ਜੀ।